ਤੂੰ ਆਉਂਦੀ ਰੁੱਤ 'ਚ ਯਕੀਨ ਰੱਖੀ, ਮੈਂ ਲੱਭ ਕੇ ਕਿਤਿਓਂ ਲਿਆਉਣਾ ਕਲਮਾ, ਮੈਂ ਲੱਭ ਕੇ ਕਿਤਿਓਂ ਲਿਆਉਣਾ ਕਲਮਾ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਸਿਰਮੌਰ ਸ਼ਾਇਰ ਸੁਰਜੀਤ ਪਾਤਰ ਜੀ ਦਾ ਜਨਮ 14 ਜਨਵਰੀ 1945 ਨੂੰ ਹੋਇਆ ਅਤੇ ਉਹ 11 ਮਈ 2024 ਨੂੰ ਇਸ ਪੰਜਾਬੀ ਜਗਤ ਨੂੰ, ਇਸ ਦੁਨੀਆ ਨੂੰ ਅਲਵਿਦਾ ਆਖ ਕੇ ਤੁਰ ਗਏ। ਸੁਰਜੀਤ ਪਾਤਰ ਦੀਆਂ ਰਚਨਾਵਾਂ ਵਿੱਚ ਮੁੱਖ ਰਚਨਾਵਾਂ ਹਨ ਹਵਾ ਵਿੱਚ ਲਿਖੇ ਹਰਫ, ਬਿਰਖ ਅਰਜ ਕਰੇ, ਹਨੇਰੇ ਵਿੱਚ ਸੁਲਗਦੇ ਵਰਨਮਾਲਾ, ਲਫਜ਼ਾਂ ਦੀ ਦਰਗਾਹ, ਪਤਝੜ ਦੀ ਪਜੇਬ, ਸਰ ਜ਼ਮੀਨ, ਸੂਰਜ ਮੰਦਰ ਦੀਆਂ ਪੌੜੀਆਂ, ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ, ਯੁੱਗਾਂ ਤੋਂ ਕਾਫਲੇ ਆਉਂਦੇ, ਇਸ ਸੱਚ ਦੇ ਗਵਾਹ ਬਣਦੇ। ਪਾਤਰ ਜੀ ਨੇ ਆਪਣੀ ਵਿਦੇਸ਼ ਜਾਣ ਦੇ ਸਮੇਂ ਦੀ ਵਿਦਾਇਗੀ ਦੇ ਸਮੇਂ ਮਾਂ ਦੀਆਂ ਸਿੱਲੀਆਂ ਅੱਖਾਂ ਦਾ ਬੜੀ ਬਾਖੂਬੀ ਦਰਦ ਬਿਆਨ ਕੀਤਾ ਔਰ ਇਹ ਸਤਰਾਂ ਦਰਸਾਉਂਦੀਆਂ ਨੇ। ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜੇ, ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜੇ, ਦਿਲ ਹੀ ਉਦਾਸ ਏ ਜੀ ਬਾਕੀ ਸਭ ਖੈਰ, ਦਿਲ ਹੀ ਉਦਾਸ ਏ ਜੀ ਬਾਕੀ ਸਭ ਖੈਰ। ਸੁਰਜੀਤ ਪਾਤਰ ਨੇ ਆਪਣੇ ਆਪ ਨੂੰ ਇੱਕ ਪੇੜ ਦੇ ਤੌਰ 'ਤੇ ਪੇਸ਼ ਕਰਕੇ ਲਿਖਿਆ, ਕੋਈ ਡਾਲੀਆਂ 'ਚੋਂ ਲੰਘਿਆ ਹਵਾ ਬਣ ਕੇ, ਅਸੀਂ ਰਹਿ ਗਏ ਬਿਰਖ ਵਾਲੀ ਹਾਹ ਬਣ ਕੇ। ਅੱਗੇ ਕਹਿੰਦੇ ਨੇ, ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ, ਐਵੇਂ ਲੰਘ ਜਾਣਾ ਪਾਣੀ ਕਦੇ ਹਵਾ ਬਣ ਕੇ। ਸੁਰਜੀਤ ਪਾਤਰ ਨੇ ਆਪਣੇ ਪਿਛੋਕੜ ਬਾਰੇ ਆਪਣੀ ਕਵਿਤਾ ਵਿੱਚ ਹੀ ਬਾਖੂਬੀ ਲਿਖ ਦਿੱਤਾ ਹੈ, ਜਿਵੇਂ ਕਿ ਦੂਰ ਇੱਕ ਪਿੰਡ ਵਿੱਚ ਛੋਟਾ ਜਿਹਾ ਘਰ ਸੀ, ਦੂਰ ਇੱਕ ਪਿੰਡ ਵਿੱਚ ਛੋਟਾ ਜਿਹਾ ਘਰ ਸੀ, ਕੱਚੀਆਂ ਸੀ ਕੰਧਾਂ, ਉਹਦਾ ਥੋੜ੍ਹਾ ਜਿਹਾ ਦਰ ਸੀ, ਅੰਮੀ ਮੇਰੀ ਚਿੰਤਾ ਸੀ, ਬਾਪੂ ਮੇਰਾ ਡਰ ਸੀ, ਉਦੋਂ ਮੇਰੀ ਔਤ ਯਾਰੋ ਐਵੇਂ ਫੁੱਲਾਂ ਭਰ ਸੀ। ਸੁਰਜੀਤ ਪਾਤਰ ਸਾਡੇ ਲਈ ਇੱਕ ਚਾਨਣ ਮੁਨਾਰਾ ਨੇ, ਉਹਨਾਂ ਦੀਆਂ ਗਜ਼ਲਾਂ, ਗੀਤਾਂ, ਕਵਿਤਾਵਾਂ ਆਦਿ ਰਾਹੀਂ ਉਹ ਸਾਡੇ ਮਨਾਂ ਦੇ ਵਿੱਚ ਹਮੇਸ਼ਾ ਹਮੇਸ਼ਾ ਵਸਦੇ ਰਹਿਣਗੇ। ਉਹਨਾਂ ਦੀਆਂ ਸਤਰਾਂ, ਬਲਦਾ ਬਿਰਖ ਹਾਂ, ਬਲਦਾ ਬਿਰਖ ਹਾਂ, ਖਤਮ ਹਾਂ ਬਸ ਸ਼ਾਮ ਤੀਕ ਹਾਂ, ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ, ਮੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ, ਪਾਣੀ ਨੇ ਮੇਰੇ ਗੀਤ ਮੈਂ ਪਾਣੀ 'ਤੇ ਲੀਕ ਹਾਂ, ਪਾਣੀ ਨੇ ਮੇਰੇ ਗੀਤ ਮੈਂ ਪਾਣੀ 'ਤੇ ਲੀਕ ਹਾਂ। ਇਹ ਬੜੀ ਆਸ਼ਾਵਾਦੀ ਸਤਰਾ ਨੇ। ਸੁਰਜੀਤ ਪਾਤਰ ਵਾਤਾਵਰਨ ਪ੍ਰੇਮੀ ਸੀ ਔਰ ਵਾਤਾਵਰਨ ਪ੍ਰੇਮੀ ਹੋਣ ਦੇ ਨਾਤੇ ਆਪਣੀ ਸੰਵੇਦਨਸ਼ੀਲਤਾ ਜ਼ਾਹਰ ਕਿਵੇਂ ਕਰਦੇ ਨੇ, ਇੱਕ ਬਿਰਖ ਸੰਬੰਧੀ, ਜਿਸ ਨਾਲੋਂ ਮੈਨੂੰ ਚੀਰ ਕੇ ਵੰਝਲੀ ਬਣਾ ਲਿਆ, ਜਿਸ ਨਾਲੋਂ ਮੈਨੂੰ ਚੀਰ ਕੇ ਵੰਝਲੀ ਬਣਾ ਲਿਆ, ਵੰਝਲੀ ਦੇ ਰੂਪ ਵਿੱਚ ਮੈਂ ਉਸ ਜੰਗਲ ਦੀ ਚੀਕ ਹਾਂ।
ਮੁਲਕ ਦੀ ਨਿਆਂ ਪ੍ਰਣਾਲੀ 'ਤੇ ਡੂੰਘਾ ਵਿਅੰਗ ਕਰਦੇ ਨੇ, ਕਿਉਂਕਿ ਸਾਡੀਆਂ ਅਦਾਲਤਾਂ ਦੇ ਵਿੱਚ ਨਿਆਂ ਪ੍ਰਦਾਨ ਪ੍ਰਣਾਲੀ ਜਿਹੜੀ ਹੈ ਉਹ ਬਹੁਤ ਲੇਟ ਮਿਲਦਾ ਨਿਆਂ। ਸੋ ਲਿਖਦੇ ਨੇ, ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ। ਆਖੋ ਇਹਨਾਂ ਨੂੰ ਉੱਜੜੇ ਘਰੀਂ ਜਾਣ ਹੁਣ, ਆਖੋ ਇਹਨਾਂ ਨੂੰ ਉੱਜੜੇ ਘਰੀਂ ਜਾਣ ਹੁਣ, ਇਹ ਕਦੋਂ ਤੀਕ ਇੱਥੇ ਖੜ੍ਹੇ ਰਹਿਣ। ਸੁਰਜੀਤ ਪਾਤਰ ਨੇ ਵਿਦੇਸ਼ਾਂ ਦੇ ਵਿੱਚ ਰੋਜ਼ੀ ਰੋਟੀ ਦੀ ਭਾਲ 'ਚ ਲੱਗੇ ਨੌਜਵਾਨਾਂ ਪ੍ਰਤੀ ਆਪਣਾ ਦਰਦ ਪੇਸ਼ ਕੀਤਾ ਹੈ। ਔਰ ਉਹਨਾਂ ਨੇ ਲਿਖਿਆ, ਕਿਉਂਕਿ ਬਹੁਤੀ ਜਲਦੀ ਉਹ ਆ ਜਾ ਨਹੀਂ ਸਕਦੇ ਕਈ ਕਾਰਨਾਂ ਕਰਕੇ, ਕੁਝ ਤਾਂ ਸਹਿਕਣਗੇ ਮਾਂ ਦੇ ਸਿਵੇ ਦੀ ਅਗਨ, ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ। ਪੰਜਾਬ ਦੇ 10 ਸਾਲਾਂ ਦੇ ਸੰਤਾਪ ਬਾਰੇ ਸੁਰਜੀਤ ਪਾਤਰ ਲਿਖਦੇ ਨੇ, ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ। ਰੋਜ਼ੀ ਰੋਟੀ ਦੀ ਭਾਲ ਖਾਤਰ ਯੂਪੀ ਬਿਹਾਰ ਤੋਂ ਲੋਕ ਇੱਥੇ ਆਉਂਦੇ ਨੇ, ਉਹਨਾਂ ਨੇ ਇੱਕ ਲੰਬੀ ਕਵਿਤਾ ਦੇ ਵਿੱਚ ਜ਼ਿਕਰ ਕੀਤਾ ਹੈ। ਪਿੱਛੇ ਪਿੱਛੇ ਰਿਜ਼ਕ ਦੇ ਆਇਆ ਆਨੰਦ ਕਿਸ਼ੋਰ, ਚੱਲ ਕੇ ਦੂਰ ਬਿਹਾਰ ਤੋਂ ਗੱਡੀ ਬੈਠ ਸਿਆਲ ਦਾ ਨਾਲ ਬਥੇਰੇ ਹੋਰ। ਔਰ ਉਹ ਆਪਣੀ ਲੜਕੀ ਨੂੰ ਪੜ੍ਹਾਉਂਦਾ ਹੈ, ਜਦੋਂ ਕਿ ਇੱਥੋਂ ਦੇ ਕਾਕੇ ਜਾ ਕੇ ABCD ਸਿੱਖਦੇ ਨੇ, ਉਹਨਾਂ ਦੇ ਬੱਚੇ ਇੱਥੇ ਊੜਾ ਆੜਾ ਸਿੱਖਦੇ ਨੇ। ਜੋ ਆਖਰੀ ਸਤਰ 'ਚ ਲਿਖਦੇ ਨੇ, ਕਿੰਨਾ ਗੂੜਾ ਸਾਕ ਹੈ ਅੱਖਰਾਂ ਦਾ ਅਤੇ ਰਿਜ਼ਕ ਦਾ। ਵਿਦੇਸ਼ਾਂ ਦੇ ਵਿੱਚ ਮਿਹਨਤ ਕਰਨ ਵਾਲੇ ਨੌਜਵਾਨ ਸਾਡੇ ਵੀਰ ਭਰਾ ਜਿਹੜੇ ਜਾਂਦੇ ਨੇ, ਉਹਨਾਂ ਦੇ ਬਾਰੇ ਲਿਖਿਆ ਹੈ, ਇਹ ਕੀ ਘੱਟ ਹੈ ਕਿ ਇਸ ਰੁੱਖ ਨੂੰ ਹੈ ਮੇਰੇ ਖੂਨ ਨੇ ਸਿੰਜਿਆ, ਕੀ ਹੋਇਆ ਕੀ ਹੋਇਆ ਜੇ ਪੱਤਿਆਂ 'ਤੇ ਮੇਰਾ ਨਾਮ ਨਹੀਂ ਹੈ। ਪਾਤਰ ਇੱਕ ਆਸ਼ਾਵਾਦੀ, ਮਾਨਵਵਾਦੀ, ਸਮਾਜਵਾਦੀ, ਪ੍ਰਜਾਤੰਤਰਵਾਦੀ ਅਤੇ ਸੁਧਾਰਵਾਦੀ ਯੁੱਗ ਪੁਰਸ਼ ਹੋ ਨਿਬੜੇ ਨੇ। ਉਹਨਾਂ ਦੀ ਕਵਿਤਾ ਵਿੱਚ ਸਾਰੇ ਰੰਗ ਮਿਲਦੇ ਨੇ। ਪੰਜਾਬ ਬਾਰੇ ਲਿਖਦੇ ਨੇ, ਇਹ ਪੰਜਾਬ ਕੋਈ ਨਿਰਾ ਜੁਗਰਾਫੀਆ ਨਹੀਂ, ਇਹ ਇੱਕ ਗੀਤ, ਇੱਕ ਗੀਤ ਇੱਕ ਇਤਿਹਾਸ ਵੀ ਹੈ, ਇਹ ਗੀਤ ਗੀਤ ਇਤਿਹਾਸ ਵੀ ਹੈ। ਗੁਰੂਆਂ ਰਿਸ਼ੀਆਂ ਅਤੇ ਸੂਫੀਆਂ ਸਿਰਜਿਆ ਏ, ਇਹ ਇੱਕ ਫਲਸਫਾ ਸੋਚ ਅਹਿਸਾਸ ਵੀ ਹੈ। ਕਿੰਨੇ ਝਖੜਾਂ ਤੂਫਾਨਾਂ 'ਚੋਂ ਲੰਘਿਆ ਏ, ਕਿੰਨੇ ਝਖੜਾਂ ਤੂਫਾਨਾਂ 'ਚੋਂ ਲੰਘਿਆ ਏ, ਇਹਦਾ ਮੁਖੜਾ ਕੁਝ ਕੁਝ ਉਦਾਸ ਵੀ ਹੈ। ਮੁੜ ਕੇ ਸ਼ਾਨ ਇਹਦੀ ਸੂਰਜ ਵਾਂਗ ਚਮਕੂ, ਮੇਰੀ ਆਸ ਵੀ ਹੈ ਅਤੇ ਅਰਦਾਸ ਵੀ ਹੈ। ਮੁੜ ਕੇ ਸ਼ਾਨ ਇਹਦੀ ਸੂਰਜ ਵਾਂਗ ਚਮਕੂ, ਮੇਰੀ ਆਸ ਵੀ ਹੈ ਅਤੇ ਅਰਦਾਸ ਵੀ ਹੈ। ਸੰਘਰਸ਼, ਇਸ਼ਕ, ਇਨਕਲਾਬ ਅਤੇ ਉਦਾਸੀ, ਇਹ ਸਾਰੀਆਂ ਚੀਜ਼ਾਂ ਪਾਤਰ ਦੀ ਵਿਸ਼ਾਲ ਕਵਿਤਾ ਦੇ ਵਿੱਚ ਸ਼ਾਮਿਲ ਸਨ। ਜਦੋਂ ਮਿਲਿਆ ਸੀ ਹਾਣ ਦਾ ਸੀ ਸਾਮਰਾ ਜਿਹਾ, ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ। ਉਹਨਾਂ ਦੀਆਂ ਮਹੱਤਵਪੂਰਨ ਸਤਰਾਂ ਨੇ, ਬਲਦਾ ਬਿਰਖ ਹਾਂ, ਖਤਮ ਹਾਂ, ਬਸ ਸ਼ਾਮ ਤੀਕ ਹਾਂ, ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ, ਮੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ, ਮੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ, ਪਾਣੀ ਨੇ ਮੇਰੇ ਗੀਤ, ਮੈਂ ਪਾਣੀ 'ਤੇ ਲੀਕ ਹਾਂ। ਇਹਨਾਂ ਰਾਹੀਂ ਉਹ ਭਵਿੱਖਬਾਣੀ ਵੀ ਕਰਦੇ ਨੇ ਔਰ ਆਪਣੀ ਜਿਹੜੀ ਹੈ ਸੋਚ ਵੀ ਦਰਸਾਉਂਦੇ ਨੇ। ਇੰਨਾ ਸੱਚ ਨਾ ਬੋਲ ਕਿ ਇਕੱਲਾ ਰਹਿ ਜਾਵੇਂ, ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ, ਪਰ ਉਹਦਾ
ਉਹਦੀ ਅਰਥੀ ਨੂੰ ਮੋਢਾ ਦੇਣ ਵਾਲੇ ਲੱਖਾਂ ਲੋਕ ਸਨ। ਜੇ ਦਿਲ ਫੋਲ ਲੈਂਦੇ ਯਾਰਾਂ ਦੇ ਨਾਲ, ਦਿਲ ਫੋਲਣਾ ਨਾ ਪੈਂਦਾ ਔਜਾਰਾਂ ਦੇ ਨਾਲ। ਸੁਰਜੀਤ ਪਾਤਰ ਆਸ਼ਾਵਾਦੀ ਅਤੇ ਆਦਰਸ਼ਵਾਦੀ ਸਨ। ਜਿਸ ਤਰ੍ਹਾਂ ਉਹ ਲਿਖਦੇ ਨੇ, ਜੇ ਆਈ ਪਤਝੜ ਤਾਂ ਫੇਰ ਕੀ ਹੈ, ਤੂੰ ਅਗਲੀ ਰੁੱਤ 'ਚ ਯਕੀਨ ਰੱਖੀ, ਮੈਂ ਲੱਭ ਕੇ ਲਿਆਉਣਾ ਕਿ ਤੂੰ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ, ਮੈਂ ਲੱਭ ਕੇ ਲਿਆਉਣਾ ਕਿ ਤੂੰ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਉਹਨਾਂ ਵਿੱਚ ਠਰੰਮਾ ਸਹਿਨਸ਼ੀਲਤਾ ਬਹੁਤ ਸੀ। ਉਹਨਾਂ ਨੇ ਕਿਹਾ, ਦੁਨੀਆਂ ਨੇ ਵਸਦੇ ਰਹਿਣਾ ਏ ਸਾਡੇ ਬਗੈਰ ਵੀ, ਐਵੇਂ ਤੂੰ ਤਪਿਆ ਤੜਪਿਆ ਅਤੇ ਉਲਝਿਆ ਨਾ ਕਰ। ਸੇਵਾਵਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਸੁਰਜੀਤ ਪਾਤਰ ਨੇ 1969 ਦੇ ਵਿੱਚ ਬਾਬਾ ਬੁੱਢਾ ਸਾਹਿਬ ਕਾਲਜ ਬੀੜ ਵਿਖੇ, ਅੰਮ੍ਰਿਤਸਰ ਦੇ ਵਿੱਚ ਹੈ ਜਿਹੜਾ, ਆਪਣਾ ਲੈਕਚਰਰ ਦਾ ਸਫ਼ਰ ਸ਼ੁਰੂ ਕੀਤਾ। ਉਸ ਤੋਂ ਉਪਰੰਤ ਉਹ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਪ੍ਰੋਫੈਸਰ ਰਹੇ ਅਤੇ 2002 ਵਿੱਚ ਸੇਵਾ ਨਿਵਿਰਤ ਹੋਏ। ਉਸ ਤੋਂ ਉਪਰੰਤ ਉਹਨਾਂ ਨੂੰ ਮਾਣ ਸਤਿਕਾਰ ਵਜੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਇਹ ਵਿਜ਼ਿਟਿੰਗ ਪ੍ਰੋਫੈਸਰ ਦੇ ਤੌਰ 'ਤੇ ਸਥਾਪਿਤ ਕੀਤਾ ਗਿਆ, ਜਿੱਥੇ ਉਹਨਾਂ ਨੇ ਬਹੁਤ ਸਾਰੇ ਰਿਸਰਚ ਦੇ ਵਿਦਿਆਰਥੀਆਂ ਦੀ ਅਗਵਾਈ ਕੀਤੀ। ਉਸ ਤੋਂ ਬਾਅਦ ਉਹਨਾਂ ਨੂੰ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵਿਖੇ ਜਿਹੜੇ ਪ੍ਰਧਾਨ ਦੇ ਤੌਰ 'ਤੇ ਨਿਯੁਕਤ ਕੀਤਾ, ਜਿਹੜੇ 2002 ਤੋਂ 2008 ਤੱਕ ਉਹ ਕਾਰਜਸ਼ੀਲ ਰਹੇ। ਬਹੁਤ ਵਧੀਆ ਜੀਵਨ ਦੀ ਕਾਰਜਸ਼ੈਲੀ, ਬਹੁਤ ਵਧੀਆ ਸਿਰਜਕ, ਸਾਹਿਤ ਦੇ ਸਿਰਜਣਹਾਰ, ਸਾਡੇ ਸਾਹਿਤ ਦੀ ਅਗਵਾਈ ਕਰਨ ਵਾਲੇ, ਨੌਜਵਾਨਾਂ ਦੀ ਰੱਖਿਆ ਰਹਿਨਮਾਈ ਕਰਨ ਵਾਲੇ ਸੁਰਜੀਤ ਪਾਤਰ ਹਮੇਸ਼ਾ ਲਈ ਚਲੇ ਗਏ। ਪਰ ਡਾਕਟਰ ਇਕਬਾਲ ਦੇ ਸ਼ੇਅਰ ਮੁਤਾਬਕ ਕਿਹਾ ਜਾ ਸਕਦਾ, ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰੀ ਫਿਰ ਹੋਤੀ ਹੈ, ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰੀ ਫਿਰ ਹੋਤੀ ਹੈ, ਬੜੀ ਮੁਸ਼ਕਲ ਸੇ ਹੋਤਾ ਚਮਨ ਮੇਂ ਪਿਦਾਵਰ ਪੈਦਾ। ਡਾਕਟਰ ਸੁਰਜੀਤ ਪਾਤਰ ਬੜੀ ਪ੍ਰਤਿਭਾਸ਼ਾਲੀ ਔਰ ਪ੍ਰਭਾਵਸ਼ਾਲੀ ਸ਼ਖਸੀਅਤ ਸਨ। ਮੇਰੀ ਆਪਣੀ ਰਚਨਾ ਸ਼ਰਧਾਂਜਲੀ ਵਜੋਂ ਉਹਨਾਂ ਨੂੰ ਪੇਸ਼ ਹੈ, ਜਿਸ ਦਾ ਸਿਰਲੇਖ ਹੈ ਸ਼ਾਇਰ ਅਨੋਖਾ। ਸ਼ਾਇਰ ਅਨੋਖਾ ਸਿਰਜ ਗਿਆ ਸ਼ਬਦਾਂ ਦੀ ਇਬਾਰਤ, ਰਾਹਾਂ 'ਤੇ ਨਾ ਰੁਕਦਾ ਨਵੀਆਂ ਮੰਜ਼ਿਲਾਂ ਦੇ ਸਿਰਨਾਵੇਂ ਦੱਸ ਗਿਆ। ਕਾਗਜ਼ 'ਤੇ ਸੂਖਮ ਫੁੱਲਾਂ ਦੀ ਮਹਿਕ ਫੈਲਾ ਕੇ ਮਿੱਠਾ ਸੰਗੀਤ ਛੇੜ ਗਿਆ ਹਵਾਵਾਂ ਅੰਦਰ। ਆਦਰਸ਼ਾਂ ਦੇ ਉੱਚੇ ਬਿੰਬ ਉਸਾਰ ਕੇ ਕਦਰਾਂ ਦੇ ਮੀਲ ਪੱਥਰ ਚਿੱਤਰ ਗਿਆ, ਕਾਇਨਾਤ ਦਾ ਸੈਲਾਨੀ ਉਡਾਰੀਆਂ ਮਾਰਦਾ ਉਹ ਅਣਛੋਈਆਂ ਮੰਜ਼ਿਲਾਂ ਤੈਅ ਕਰ ਗਿਆ। ਪੀੜਾਂ ਦਾ ਪਾਰਕੂ ਮਾਨਵਤਾ ਦਾ ਹਮਰਾਹੀ, ਉਹ ਫੁੱਲਾਂ ਵਾਂਗਰ ਹੱਸਦਾ ਦਰਿਆ ਬਣ ਕੇ ਤੁਰ ਗਿਆ। ਸੱਚ ਦਾ ਯੁੱਗ ਸੂਰਜ ਚੰਨ ਸੂਰਜਾਂ ਦਾ ਹਾਣੀ, ਉਹ ਰੌਸ਼ਨੀ ਦਾ ਪੈਗੰਬਰ ਉਲੀਕ ਗਿਆ ਅਵੱਲੀ ਕਹਾਣੀ। ਦਰਦਾਂ ਦੇ ਜ਼ਖੀਰੇ ਲਤਾੜਦਾ ਨਿਡਰ ਉਹ ਹਰ ਮੈਦਾਨ ਫਤਿਹ ਕਰ ਜੇਤੂ ਬਣਿਆ।
ਹਨੇਰਿਆਂ ਤੂਫਾਨਾਂ ਅਤੇ ਝੱਖੜਾਂ ਦੇ ਸੰਗ ਉਹ ਮੌਲਿਆ ਅਤੇ ਬਹਾਰਾਂ ਵਾਂਗ ਖਿੜਦਾ ਰਿਹਾ। ਹੱਸਦਾ ਹਸਾਉਂਦਾ ਰੋਂਦਾ ਰਵਾਉਂਦਾ ਸ਼ਾਇਰ ਉਹ ਹਰ ਮੌਸਮ ਵਿਚਰਦਾ ਰਿਹਾ। ਮੁਹੱਬਤ ਅਤੇ ਮਾਨਵੀ ਰਿਸ਼ਤਿਆਂ ਦਾ ਕਲਾਕਾਰ ਉਹ ਵਿਸ਼ਾਲ ਕੈਨਵਸ 'ਤੇ ਡੂੰਘੀਆਂ ਪੈੜਾਂ ਬਿਖੇਰ ਗਿਆ। ਸਲਾਮ ਹੈ ਪਾਤਰ ਦੀ ਸੁਰਜੀਤ ਸ਼ਾਇਰੀ ਨੂੰ ਜਿਉਂਦਾ ਰੱਖੇਗੀ ਜੋ ਮਾਨਵਤਾ ਪ੍ਰਤੀ ਪੈਗਾਮ ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈੱਲ ਆਈਕਨ ਨੂੰ।